ਹਰ ਰੋਜ਼ ਖਾਣੇ ਦੇ ਵਿੱਚ ਪੌਸ਼ਟਿਕ ਸਬਜ਼ੀਆਂ ਦਾ ਇਸਤੇਮਾਲ ਕਰਦੇ ਹਾਂ, ਜਿਵੇਂ ਕਿ ਲੌਕੀ, ਪੱਤਾ ਗੋਭੀ, ਕੱਦੂ, ਫੁੱਲ ਗੋਭੀ, ਪਾਲਕ, ਮੇਥੀ ਅਤੇ ਧਨੀਆ। ਇਹ ਸਾਰੀਆਂ ਸਬਜ਼ੀਆਂ ਪੋਸ਼ਕ ਤੱਤਵਾਂ ਨਾਲ ਭਰੀਆਂ ਹੁੰਦੀਆਂ ਨੇ। ਇੱਥੋਂ ਤੱਕ ਕਿ ਇੱਕ ਬਿਮਾਰ ਵਿਅਕਤੀ ਵੀ ਇਹਨਾਂ ਦਾ ਸੇਵਨ ਕਰਕੇ ਜਲਦੀ ਠੀਕ ਹੋ ਜਾਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਸਬਜ਼ੀਆਂ ਸਾਨੂੰ ਬਿਮਾਰ ਵੀ ਕਰ ਸਕਦੀਆਂ ਨੇ ਜਾਂ ਫਿਰ ਕਿਸੇ ਦੀ ਮੌਤ ਦਾ ਕਾਰਨ ਵੀ ਬਣ ਜਾਂਦੀਆਂ ਨੇ? ਜੀ ਹਾਂ, ਸਾਡੀ ਸਬਜ਼ੀਆਂ ਦੇ ਵਿੱਚ ਵਰਤੀ ਗਈ ਲਾਪਰਵਾਹੀ ਵੀ ਤੁਹਾਡੀ ਜਾਨ ਲੈ ਸਕਦੀ ਹੈ। ਤੁਸੀਂ ਸਾਰਿਆਂ ਨੇ ਲੌਕੀ ਦੇ ਜੂਸ ਦੇ ਕਾਰਨ ਹੋਈ ਮੌਤ ਬਾਰੇ ਤਾਂ ਸੁਣਿਆ ਹੀ ਹੋਵੇਗਾ। ਇਸ ਦੇ ਨਾਲ ਹੀ ਕਈ ਹੋਰ ਵੀ ਸਬਜ਼ੀਆਂ ਨੇ ਜਿਵੇਂ ਕਿ ਲੌਕੀ, ਪੱਤਾ ਗੋਭੀ, ਕੱਦੂ, ਜੋ ਕਿ ਆਪਣੀ ਸਿਹਤ ਦੇ ਲਈ ਜਾਨਲੇਵਾ ਹੋ ਸਕਦੀਆਂ ਨੇ। ਆਓ ਇੱਕ ਇੱਕ ਕਰਕੇ ਇਹਨਾਂ ਸਬਜ਼ੀਆਂ ਬਾਰੇ ਦੱਸਦੇ ਹਾਂ ਕਿ ਇਹਨਾਂ ਨੂੰ ਕਿੱਦਾਂ ਇਸਤੇਮਾਲ ਕਰਨਾ ਚਾਹੀਦਾ ਅਤੇ ਕੀ ਕੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ। ਅਸੀਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਜ਼ਰੂਰ ਦਿਖਾਵਾਂਗੇ। ਚਾਈਨੀਜ਼ ਫੂਡ ਸੁਣ ਕੇ ਸਾਰਿਆਂ ਦੇ ਮੂੰਹ ਵਿੱਚ ਪਾਣੀ ਆ ਹੀ ਜਾਂਦਾ। ਪਰ ਕੀ ਤੁਸੀਂ ਜਾਣਦੇ ਹੋ ਚਾਈਨੀਜ਼ ਚਾਉਮਿਨ ਡਿਸ਼ ਜਿਹਦੇ ਉੱਪਰ ਪੱਤਾ ਗੋਭੀ ਹੁੰਦੀ ਹੈ ਉਹ ਤੁਹਾਡੀ ਸਿਹਤ ਲਈ ਕਿੰਨੀ ਜਾਨਲੇਵਾ ਹੋ ਸਕਦੀ ਹੈ? ਕੀ ਤੁਸੀਂ ਕਦੇ ਘਰ ਵਿੱਚ ਸਬਜ਼ੀ ਕੱਟਦੇ ਹੋਏ ਪੱਤ ਗੋਭੀ ਦੀ ਸਬਜ਼ੀ ਨੂੰ ਧਿਆਨ ਨਾਲ ਵੇਖਿਆ? ਜੇ ਨਹੀਂ ਦੇਖਿਆ ਤਾਂ ਆਹ ਵੀਡੀਓ ਦੇਖੋ ਜਿਸ 'ਚ ਇੱਕ ਧਾਗੇ ਵਰਗੀ ਚੀਜ਼ ਦਿਖਾਈ ਦੇ ਰਹੀ ਹੈ। ਅਸਲ ਵਿੱਚ ਇਹ ਇੱਕ ਧਾਗਾ ਨਹੀਂ ਸਗੋਂ ਇੱਕ ਕੀੜਾ ਹੈ ਜਿਸ ਨੂੰ ਥਰੈਡ ਵਰਮ ਵੀ ਕਿਹਾ ਜਾਂਦਾ ਹੈ। ਜਿਵੇਂ ਕਿ ਬਾਲਾਂ ਵਾਲੀ ਜੂਸ 'ਚ ਜਿੰਦਾ ਰਹਿਣ ਲਈ ਤੁਹਾਡੇ ਖੂਨ ਦਾ ਇਸਤੇਮਾਲ ਕਰਦੀ ਹੈ, ਉਸੇ ਤਰ੍ਹਾਂ ਇਹ ਪਰਜੀਵੀ ਕੀੜਾ ਜੋ ਕਿ ਜ਼ਿੰਦਾ ਰਹਿਣ ਲਈ ਇੱਕ ਸਰੀਰ ਦਾ ਇਸਤੇਮਾਲ ਕਰਦਾ ਹੈ। ਤਾਂ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਆਖਿਰ ਇਹ ਪੱਤਾ ਗੋਭੀ ਵਿੱਚ ਇਹ ਕੀੜਾ ਆਉਂਦਾ ਕਿੱਥੋਂ ਹੈ? ਅਸਲ ਵਿੱਚ ਜਦੋਂ ਪੱਤ ਗੋਭੀ ਦੀ ਸਿੰਚਾਈ ਗੰਦੇ ਪਾਣੀ ਨਾਲ ਕੀਤੀ ਜਾਂਦੀ ਹੈ ਤਾਂ ਉੱਥੋਂ ਇਹ ਕੀੜਾ ਉਤਪੰਨ ਹੋ ਜਾਂਦਾ ਹੈ। ਅਤੇ ਇਹ ਕੀੜਾ ਕਈ ਪੇਟ ਦੀਆਂ ਬਿਮਾਰੀਆਂ ਅਤੇ ਦਿਮਾਗੀ ਬਿਮਾਰੀਆਂ ਪੈਦਾ ਕਰ ਦਿੰਦਾ। ਅਤੇ ਹੁਣ ਤੁਸੀਂ ਕਹਿੰਦੇ ਹੋਵੋਗੇ ਕਿ ਅਸੀਂ ਤਾਂ ਘਰ ਵਿੱਚ ਜਦੋਂ ਵੀ ਸਬਜ਼ੀ ਬਣਾਉਂਦੇ ਹਾਂ ਤਾਂ ਪੱਤ ਗੋਭੀ ਨੂੰ ਕੱਟ ਕੇ ਬਣਾਉਂਦੇ ਹਾਂ ਅਤੇ ਕੀੜਾ ਵੀ ਉਹਦੇ ਨਾਲ ਹੀ ਕੱਟ ਕੇ ਖਤਮ ਹੋ ਜਾਂਦਾ ਹੋਵੇਗਾ। ਪਰ ਕੀੜਾ ਕੱਟਣ ਦੇ ਨਾਲ ਖਤਮ ਨਹੀਂ ਹੁੰਦਾ। ਅਸਲ ਵਿੱਚ ਪੱਤ ਗੋਭੀ ਦਾ ਕੀੜਾ ਜਿੰਨਾ ਕੱਟਿਆ ਜਾਊਗਾ ਓਨਾ ਹੀ ਉਹ ਆਪਣੀ ਸੰਖਿਆ ਨੂੰ ਵਧਾਉਂਦਾ ਜਾਊਗਾ। ਜਿਵੇਂ ਕਿ ਜੇ ਇੱਕ ਕੀੜੇ ਨੂੰ 10 ਟੁਕੜਿਆਂ ਦੇ ਵਿੱਚ ਕੱਟ ਦੇਵਾਂਗੇ ਤਾਂ ਉਹਦੇ 10 ਕੀੜੇ ਬਣ ਜਾਣਗੇ। ਤਾਂ ਕੀ ਸਾਨੂੰ ਹੁਣ ਪੱਤ ਗੋਭੀ ਖਾਣੀ ਛੱਡ ਦੇਣੀ ਚਾਹੀਦੀ ਹੈ? ਪੱਤ ਗੋਭੀ ਦੇ ਕੀੜੇ ਤੋਂ ਬਚਣ ਲਈ ਤੁਸੀਂ ਕਈ ਸਾਵਧਾਨੀਆਂ ਵਰਤ ਸਕਦੇ ਹੋ, ਜਿਵੇਂ ਕਿ ਪੱਤ ਗੋਭੀ ਨੂੰ ਕੱਟਣ ਤੋਂ ਪਹਿਲਾਂ ਤੁਸੀਂ ਉਸਨੂੰ ਗਰਮ ਪਾਣੀ ਦੇ ਵਿੱਚ ਧੋ ਸਕਦੇ ਹੋ ਜਾਂ ਫਿਰ ਅਗਰ ਤੁਸੀਂ ਪੱਤ ਗੋਭੀ ਕੱਟ ਲਈ ਹੈ ਤਾਂ ਉਸਨੂੰ ਗਰਮ ਪਾਣੀ ਦੇ ਵਿੱਚ ਪਹਿਲਾਂ ਉਬਾਲ ਵੀ ਸਕਦੇ ਹੋ। ਹੁਣ ਆਪਾਂ ਗੱਲ ਕਰਦੇ ਹਾਂ ਸਬਜ਼ੀਆਂ 'ਚ ਪੈਣ ਵਾਲੇ ਧਨੀਏ ਦੀ। ਕੀ ਤੁਸੀਂ ਸਬਜ਼ੀਆਂ 'ਚ ਪੈਣ ਵਾਲੇ ਧਨੀਏ ਨੂੰ ਗੌਰ ਨਾਲ ਵੇਖਿਆ ਕਿ ਉਹ ਮਿਲਾਵਟੀ ਹੈ ਜਾਂ ਨਹੀਂ? ਸੋ ਆਓ ਅਸੀਂ ਦਿਖਾਉਂਦੇ ਹਾਂ। ਇਸ ਫੋਟੋ ਦੇ ਵਿੱਚ ਤੁਹਾਨੂੰ ਦੋ ਤਰ੍ਹਾਂ ਦੇ ਧਨੀਏ ਦੀਆਂ ਪੱਤੀਆਂ ਦਿਖਾਈ ਦੇ ਰਹੀਆਂ ਨੇ, ਇੱਕ ਜਿਸ ਵਿੱਚ ਪੱਤੇ ਜ਼ਿਆਦਾ ਚੌੜੇ ਨੇ ਤੇ ਦੂਜੀ ਜਿਸ ਵਿੱਚ ਪੱਤੇ ਘੱਟ ਚੌੜੇ ਨੇ। ਤੇ ਦੇਖਣ ਵਿੱਚ ਦੋਨੋਂ ਹੀ ਧਨੀਏ ਦੀਆਂ ਪੱਤੀਆਂ ਲੱਗ ਰਹੀਆਂ ਨੇ, ਪਰ ਇਸ ਦੇ ਵਿੱਚ ਇੱਕ ਜ਼ਹਿਰੀਲੀ ਪੱਤੀ ਹੈ ਜਿਸ ਨੂੰ ਪਾਰਥੇਨੀਅਮ ਹਾਈਸਟ੍ਰੋਫੋਰਸ ਕਿਹਾ ਜਾਂਦਾ। ਇਹ ਇੱਕ ਧਨੀਏ ਦੀ ਪੱਤੀ ਨਹੀਂ ਸਗੋਂ ਇੱਕ ਖਰਪਤਵਾਰ ਹੈ। ਪਾਰਥੇਨੀਅਮ ਦੀ ਪੱਤੀਆਂ ਦੇ ਵਿੱਚ ਇੱਕ ਜ਼ਹਿਰੀਲਾ ਪਦਾਰਥ ਹੁੰਦਾ ਜੋ ਕਿ ਸਾਡੀ ਸਿਹਤ ਦੇ ਲਈ ਜਾਨਲੇਵਾ ਵੀ ਹੋ ਸਕਦਾ। ਜੇ ਤੁਸੀਂ ਪਾਰਥੇਨੀਅਮ ਦੀ ਪੱਤੀਆਂ ਨੂੰ ਧਨੀਏ ਦੀ ਪੱਤੀਆਂ ਸਮਝ ਕੇ ਖਾ ਲੈਂਦੇ ਹੋ ਤਾਂ ਇਹਦੇ ਕਈ ਲੱਛਣ ਹੁੰਦੇ ਨੇ, ਜਿਵੇਂ ਕਿ ਸਰੀਰ ਦੇ ਵਿੱਚ ਖੁਜਲੀ ਹੋ ਜਾਣਾ, ਸਰੀਰ ਦਾ ਸੁੱਜਣਾ, ਉਲਟੀ, ਸਾਹ ਲੈਣ ਦੇ ਵਿੱਚ ਦਿੱਕਤ ਆਉਣਾ ਤੇ ਇਸਦੇ ਨਾਲ ਤੁਹਾਨੂੰ ਅਸਥਮੇ ਦੀ ਬਿਮਾਰੀ ਵੀ ਹੋ ਸਕਦੀ ਹੈ। ਸੋ ਆਓ ਦੱਸਦੇ ਹਾਂ ਧਨੀਏ ਦੀ ਪੱਤੀਆਂ ਤੇ ਪਾਰਥੇਨੀਅਮ ਦੀ ਪੱਤੀਆਂ ਦੇ ਵਿੱਚ ਕੀ ਫਰਕ ਹੁੰਦਾ ਤੇ ਤੁਸੀਂ ਇਹਨਾਂ ਦੀ ਪਛਾਣ ਕਿੱਦਾਂ ਕਰ ਸਕਦੇ ਹੋ? ਧਨੀਏ ਦੀਆਂ ਪੱਤੀਆਂ ਜਿਹੜੀਆਂ ਹੁੰਦੀਆਂ ਨੇ ਉਹ ਚੌੜੀਆਂ ਹੁੰਦੀਆਂ ਨੇ, ਪਰ ਜਿਹੜੀਆਂ ਪਾਰਥੇਨੀਅਮ ਦੀਆਂ ਪੱਤੀਆਂ ਹੁੰਦੀਆਂ ਨੇ ਉਹ ਲੰਬੀਆਂ ਤੇ ਛੋਟੀਆਂ ਹੁੰਦੀਆਂ ਨੇ ਤੇ ਤੁਸੀਂ ਇਹਨਾਂ ਦੀ ਖੁਸ਼ਬੂ ਲੈ ਕੇ ਵੀ ਪਛਾਣ ਕਰ ਸਕਦੇ ਹੋ। ਹੁਣ ਆਪਾਂ ਗੱਲ ਕਰਦੇ ਹਾਂ ਪਾਲਕ ਬਾਰੇ ਕਿ ਪਾਲਕ ਸਾਡੀ ਸਿਹਤ ਦੇ ਲਈ ਕਿੱਦਾਂ ਹਾਨੀਕਾਰਕ ਹੋ ਸਕਦਾ। ਅਸਲ ਵਿੱਚ ਪਾਲਕ ਦੀ ਪੱਤੀਆਂ ਵਿੱਚ ਇੱਕ ਕੀੜਾ ਪਾਇਆ ਜਾਂਦਾ ਜੋ ਕਿ ਬਿਲਕੁਲ ਹੀ ਪਾਲਕ ਦੀ ਪੱਤੀਆਂ ਵਾਂਗ ਦਿਖਾਈ ਦਿੰਦਾ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਸ ਕੀੜੇ ਨੂੰ ਲੀਫ ਮਾਈਨਰ ਕਿਹਾ ਜਾਂਦਾ। ਇਹ ਕੀੜਾ ਪਾਲਕ ਦੀ ਪੱਤੀਆਂ ਦੇ ਵਿੱਚ ਆਪਣਾ ਘਰ ਬਣਾ ਕੇ ਰਹਿੰਦਾ, ਜਿਸ ਕਰਕੇ ਇਸ ਨੂੰ ਲੀਫ ਇਨਸੈਕਟ ਜਾਂ ਵਾਕਿੰਗ ਇਨਸੈਕਟ ਦੇ ਨਾਮ ਤੇ ਜਾਣਿਆ ਜਾਂਦਾ। ਇਹ ਕੀੜੇ ਆਪਣੀ ਸੰਖਿਆ ਨੂੰ ਬਚਾਉਣ ਦੇ ਲਈ
ਪਾਲਕ ਵਰਗਾ ਰੂਪ ਲੈ ਲੈਂਦੇ ਨੇ। ਇਹ ਕੀੜੇ ਪਾਲਕ ਦੇ ਨਾਲ ਨਾਲ ਕਈ ਹੋਰ ਸਬਜ਼ੀਆਂ ਦੇ ਵਿੱਚ ਵੀ ਪਾਏ ਜਾਂਦੇ ਨੇ। ਇਹ ਸਬਜ਼ੀਆਂ ਦੇ ਕੀੜੇ ਕਈ ਤਰ੍ਹਾਂ ਦੇ ਹੁੰਦੇ ਨੇ, ਜਿਹੜੇ ਕਿ ਮੌਸਮ ਤੇ ਜਗ੍ਹਾ ਦੇ ਹਿਸਾਬ ਨਾਲ ਆਪਣਾ ਰੰਗ ਰੂਪ ਬਦਲ ਲੈਂਦੇ ਨੇ। ਤੁਸੀਂ ਪਿੱਛੇ ਜੇ ਇੱਕ ਖਬਰ ਤਾਂ ਸੁਣੀ ਹੋਵੇਗੀ, ਜਿਸ ਵਿੱਚ ਲੋਕੀ ਦਾ ਜੂਸ ਪੀਣ ਕਾਰਨ ਇੱਕ ਇੰਜੀਨੀਅਰ ਦੀ ਮੌਤ ਹੋ ਗਈ ਸੀ, ਜਿਸ ਦਾ ਨਾਮ ਗੌਰੀ ਸੀ। ਸੋ ਆਓ ਦੱਸਦੇ ਹਾਂ ਕਿ ਲੋਕੀ ਕਦੋਂ ਜ਼ਹਿਰੀਲੀ ਬਣ ਜਾਂਦੀ ਹੈ ਤੇ ਤੁਸੀਂ ਜ਼ਹਿਰੀਲੀ ਲੋਕੀ ਦੀ ਪਛਾਣ ਕਿੱਦਾਂ ਕਰ ਸਕਦੇ ਹੋ। ਜਦੋਂ ਲੋਕੀ ਦੀ ਖੇਤੀ ਕੀਤੀ ਜਾਂਦੀ ਹੈ ਤਾਂ ਜੇ ਉਸਦੇ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ ਤਾਂ ਇਹ ਇੱਕ ਤਰ੍ਹਾਂ ਦਾ ਟੌਕਸਿਨ ਰਿਲੀਜ਼ ਕਰਦੀਆਂ ਨੇ, ਜਿਸ ਨੂੰ ਕੁੱਕਰ ਬਿਡਾਸਿਨ ਕਹਿੰਦੇ ਨੇ, ਜਿਹੜਾ ਕਿ ਬਹੁਤ ਹੀ ਜ਼ਹਿਰੀਲਾ ਰਸਾਇਣ ਹੈ ਜਿਸਦੇ ਕਾਰਨ ਲੋਕੀ ਕੌੜੀ ਹੋ ਜਾਂਦੀ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਇਸਦਾ ਜ਼ਹਿਰ ਸੱਪ ਦੇ ਜ਼ਹਿਰ ਨਾਲੋਂ ਵੀ ਤੇਜ਼ ਹੁੰਦਾ ਤੇ ਤੁਸੀਂ ਇਹ ਸੁਣ ਕੇ ਤਾਂ ਬਿਲਕੁਲ ਅਚੰਭੇ ਵਿੱਚ ਪੈ ਜਾਓਗੇ ਕਿ ਲੋਕੀ ਦੇ ਜ਼ਹਿਰ ਦਾ ਕੋਈ ਤੋੜ ਵੀ ਨਹੀਂ ਹੈ, ਮਤਲਬ ਇਸਦਾ ਕੋਈ ਵੀ ਐਂਟੀਡੋਟ ਹਾਲੇ ਤੱਕ ਨਹੀਂ ਬਣ ਸਕਿਆ। ਜੇਕਰ ਤੁਹਾਨੂੰ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਤਾਂ ਪੰਜਾਬੀ ਟੀਵੀ ਦੇ ਨਾਲ ਜ਼ਰੂਰ ਜੁੜੋ ਅਤੇ ਇਹ ਵੀਡੀਓ ਆਪਣੇ ਦੋਸਤਾਂ ਮਿੱਤਰਾਂ ਅਤੇ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਜ਼ਰੂਰ ਸ਼ੇਅਰ ਕਰੋ।